ਅਸਲਾਮੁਆਲੇਕਮ ਦੋਸਤੋ ਤੁਸੀਂ ਦੇਖ ਰਹੇ ਹੋ ਅਨਮੋਲ ਪੰਜਾਬ ਟੀਵੀ ਤੇ ਮੈਂ ਤੁਹਾਡਾ ਮੇਜ਼ਬਾਨ ਮੁਹੰਮਦ ਫੈਸਲ ਜੋਈਆ ਦੋਸਤੋ ਸਭ ਤੋਂ ਪਹਿਲੇ ਆਪਣੇ ਚੈਨਲ ਨੂੰ ਕਰੋ ਸਬਸਕ੍ਰਾਈਬ ਤੇ ਬੈਲ ਆਈਕਨ ਨੂੰ ਕਰੋ ਪ੍ਰੈਸ ਤਾਂਕ ਸਾਡੀ ਲੇਟੈਸਟ ਔਰ ਬਿਹਤਰੀਨ ਵੀਡੀਓ ਦਾ ਨੋਟੀਫਿਕੇਸ਼ਨ ਸਾਡੇ ਵੀਰਾਂ ਤੱਕ ਬਾਸਾਨੀ ਪਹੁੰਚ ਸਕੇ ਦੋਸਤੋ ਅੱਜ ਸਨਮੋਲ ਚੈਨਲ ਤੇ ਆਪਣੇ ਵੀਰਾਂ ਲਈ ਇੱਕ ਦੁੱਜਣ ਮਾਝ ਦੀ ਵੀਡੀਓ ਲੈ ਕੇ ਆਏ ਆ ਮੀਣੀ ਮਾਝ ਜਨਾਬ ਕਲਿਪਾਂ ਵਾਲੀ ਮਾਝੇ ਦੂਸਰਾ ਸੂਬਾ ਸੁਣੇ ਇਹ ਸੂਣ ਦੇ ਵਿੱਚ ਕਿੰਨੇ ਦਿਨ ਲੰਦੀ ਏ ਪਿਛਲੇ ਸੂਵੇ ਦਾ ਯਾਨੀ ਕਿ ਪਹਿਲੇ ਸੂਵੇ ਦਾ ਦਾ ਦੁੱਧਾ ਕੀ ਰਿਕਾਰਡ ਏ ਕੀ ਦੀ ਪਿਆਰ ਮੁਹੱਬਤ ਆ ਜੀ ਡਿਮਾਂਡ ਕਰਦੇ ਨੇ ਸਾਰੀਆਂ ਗੱਲਾਂ ਮਾਲਕਾਂ ਦੀ ਜ਼ੁਬਾਨੀ ਸੁਣਨੇ ਨਾਲ ਕੋਲ ਪੁੱਛਨੇ ਆ ਜਾਨਵਰ ਦੇਖਣ ਤੋਂ ਬਾਅਦ ਮੱਥੇ ਤੇ ਸਫੈਦ ਫੁੱਲੀ ਸਿਆਹ ਕਾਲੀ ਅੱਖ ਮੱਥੇ ਜਿਨਾ ਕੱਦ ਇਹਨੇ ਨੇ ਕੱਦ ਜਨਾਬ گاਵਾਂ ਨੂੰ ਹੁੰਦੇ ਨੇ ਇੱਕ ਹੱਡੀ ਪੂਰੇ ਜਿਸਮ ਤੇ ਪਸ਼ਮ ਮਾਜ ਦੇ ਪੂਰਾ ਮੁੱਠ ਪਰ ਥਾਣੇ ਥੜਾਂ ਦੀਆਂ ਵੰਡਾ ਪੂਰੀਆਂ ਨੇ ਇਹ ਜਨਾਬ ਜਿਹੜੀ ਵਿਰਲ ਘਟ ਲੱਗ ਰਹੀ ਨਾ ਥੜਾਂ ਦੇ ਵਿੱਚ ਜਿੱਦੋਂ ਮੱਜ ਨੇ ਬਿਲਕੁਲ ਤਿਆਰ ਹੋਣਾ ਸੁਣਨ ਨੂੰ ਤਿਆਰ ਹੋਏਗੀ ਇਹ ਵੰਡ ਇਨਸ਼ਾਅੱਲਾ ਮਰਲੇ ਮਰਲੇ ਦੀ ਹੋ ਜਾਣੀ ਹੈ ਮਾਸ਼ਾਅੱਲਾ ਬੜਾ ਖੂਬਸੂਰਤ ਅਨਮੋਲ ਹੀਰਾ ਆਪਣੇ ਵੀਰਾਂ ਦੀ ਲੈ ਕੇ ਆਏ ਆ ਵੇੜੇ ਜੁੱਡੀ ਛੋਟੀ ਹੈਗੀ ਜਨਾਬ ਦੂਸਰਾ ਸੁਆ ਇਸ ਛੋਟੀ ਨੇ ਸੁਣਾ ਇੱਕ ਹੱਡੀ ਪੁੱਠਾ ਮਾਸ਼ਾਅੱਲਾ ਗਰੀਬ ਦੇ ਵੇੜੇ ਜਨਾ ਚੌੜਾ ਵਾਲੈਦ ਜਿਨੀ ਲੰਮੀ ਪਿਓਰ ਨੀਲੀ ਦੀ ਖਾਸ ਆਰੀਬ ਵਾਲਾ ਖਾਸ ਆਪਣੀ ਲੋਕੇਸ਼ਨ ਹੈ ਕੈਮਰਾਮੈਨ ਸਭ ਜਾਨਵਰ ਦਿਖਾ ਰਹੇ ਨੇ ਅਸੀਂ ਗੱਲਬਾਤ ਕਰ ਲਵਾਂਗੇ ਮਾਲਕਾਂ ਦੇ ਨਾਲ ਕੀ ਕਹਿੰਦੇ ਨੇ ਜਨਾਬ ਇਸ ਮਾਇਦੇ ਬਾਰੇ ਕੀ ਸਾਨੂੰ ਇਹਦੀਆਂ ਗਰੰਟੀਆਂ ਦਿੰਦੇ ਨੇ ਪਹਿਲੇ ਸੂਏ ਦਾ ਇਹਦਾ ਦੁੱਧਾ ਕੀ ਰਿਕਾਰਡ ਏ ਇਹ ਸਾਰੀ ਗੱਲਬਾਤ ਕਰਨੀਆਂ ਮਾਲਕਾਂ ਦੇ ਨਾਲ ਅਲੈਕੁਮ ਅਲੈਕੁਮ ਸਲਾਮ ਭੈਣ ਕੀ ਹਾਲ ਠੀਕ ਤੁਸੀਂ ਨਾ ਤੇ ਬੀਅਸੇ ਠੀਕ ਹੈ ਕੀ ਨਾਮ ਹੈ ਭਰਾ ਦਾ ਮੁਹੰਮਦ ਉਸਾਮਾ ਮੁਹੰਮਦ ਉਸਾਮਾ ਉਸਾਮਾ ਭਾਈ ਜਿਹੜੀ ਮੱਝ ਕੈਮਰਾਮੈਨ ਦਿਖਾ ਰਿਹਾ ਹੈ ਇਹ ਮੱਝ ਆਪਣੀ ਨੇ ਕਿੰਨਾ ਸੂਹਾ ਸੋਣਾ ਹੈ ਤੇ ਸੂਣ ਚ ਕਿੰਨੇ ਕ ਦਿਨ ਲੈਂਦੀ ਅੱਗੇ ਪਹਿਲਾ ਸੂਹਾ ਸੂਈ ਹੰ ਦੂਸਰਾ ਸੂਹਾ ਸੋਣਾ ਹੈ ਤੇ ਤੱਕੇ ਪਹਿਲਾ ਸੂਈ ਸੋਣਾ ਤੇ ਦੂਸਰਾ ਸੂਹਾ ਦੂਸਰਾ ਸੂਹਾ ਸੋਣਾ ਹੈ ਪਹਿਲੇ ਸੂਏ ਜਿਹੜਾ ਬੱਚੇ ਨੂੰ ਛੱਡ ਕੇ ਦੋ ਟਾਈਮ ਦਾ ਦੁੱਧ ਚੁੰਦੇ ਰਹਿ ਉਹ ਕਿੰਨਾ ਚੋਂਦੇ ਰਹੇ 16 ਤੋਂ 17 ਕਿਲੋ ਚੋਂਦੇ ਰਹੇ 16 ਤੋਂ 17 ਕਿਲੋ ਪਹਿਲੇ ਸਵੇਰ ਚੋਂਦੇ ਰਹੇ ਹੋ ਹੁਣ ਇਹਨੇ ਦੂਸਰਾ ਸੂਹਾ ਸੁਣਿਆ ਉਸਾਮਾ ਭਾਈ ਇਹ ਸੂਨ ਦੇ ਵਿੱਚ ਕਿੰਨੇ ਦਿਨ ਲੱਜੇਗੀ ਇਹ ਲੈ ਆ ਜੇ 14 ਤੋਂ 15 ਦਿਨਾਂ ਤੱਕ 14 ਤੋਂ 15 ਦਿਨ ਲੱਜੇਗੀ ਮੱਝ ਸੂਨ ਦੇ ਵਿੱਚ ਉਸਾਮਾ ਭਾਈ ਇਹਦੇ ਥਣਾ ਚ ਕੋਈ ਛੱਟਾ ਫੁਹਾਰ ਹੋਇਆ ਮੱਝ ਭਾਰ ਪਾndi ਹੋਈ ਇਹ ਆਪਣੀ ਗਰੰਟੀ ਹੋਏਗੀ ਹਰ ਚੀਜ਼ ਦੀ ਆਪਣੀ ਗਰੰਟੀ ਹੋਣੀ ਬਿਲਕੁਲ ਠੀਕ ਹੋ ਗਿਆ ਕਿੰਨੇ ਪੈਸੇ ਨੇ ਮੁਹੱਬਤ ਪਿਆਰ ਵਾਲੇ ਨਾ 3,55,000 ਰੁਪਏ 3,55,000 ਰੁਪਏ ਦੀ ਡਿਮਾਂਡ ਹੈ ਕੋ ਭਰਾ ਆਪਣੇ ਕੋਲ ਚੱਲ ਕੇ ਆਏ ਉਹਨਾਂ ਨਾਲ ਕੋਈ ਮੁਹੱਬਤ ਹੋ ਜਾਏਗੀ ਕੋਈ 5 ਕੇ ਜ਼ਿਆਦਾ ਦੀ ਕਾਰ ਲਵਰੇ ਹੋ ਜਾਏਗੀ ਹਾਂ ਜੀ ਯਾਨੀ ਕਿ ਸਾਢੇ 3 ਦੀ ਫਾਈਨਲ ਦੇ ਦਿਓ ਹਾਂ ਜੀ ਠੀਕ ਹੋ ਗਿਆ ਜੀ ਮਿਹਰਬਾਨੀ ਲੋ ਜੀ ਦੋਸਤੋ ਜਾਨਵਰ ਕੈਮਰੇ ਦੀ ਨਜ਼ਰ ਹੈ ਦੂਸਰਾ ਸੂਆ ਇਹ ਛੋਟੀ ਨੇ ਸੁਣਾ ਪਹਿਲੇ ਸੂਏ ਬੱਚੇ ਨੂੰ ਛੱਡ ਕੇ 16 ਤੋਂ 17 ਲੀਟਰ ਦੁੱਧ ਕਰਦੀ ਰਹੀ ਮੱਝ ਮਾਸ਼ਾਅੱਲਾ ਬੜਾ ਖੂਬਸੂਰਤ ਅਨਮੋਲ ਹੀਰਾ ਆਪਣੇ ਵੀਰਾਂ ਲਈ ਲੱਭ ਕੇ ਲਿਆਏ ਆ ਪੂਰੇ ਜਿਸਮ ਤੇ ਪਸ਼ਮੇਗੀ ਮੱਝ ਦੇ ਇੱਕ ਹੱਡੀਏ ਛੋਟੀ ਵੱਖੀਏ ਤੁੰਨੀ ਕੋੜੀ ਦਾ ਨਿਸ਼ਾਨ ਤੱਕ ਨਹੀਂ ਹੈ ਹੁਣ ਜਨਾਬ ਇਹਨੇ ਦੂਸਰਾ ਸੁਆ ਸੁਣਾਇਆ 14 ਤੋਂ 15 ਦਿਨ ਇਹ ਮੱਝ ਸੂਣ ਦੇ ਵਿੱਚ ਲੈਂਦੀ ਏ 3,55,000 ਰੁਪਿਆ ਡਿਮਾਂਡ ਕੀਤੀ ਏ ਇਸ ਮੱਝ ਦੀ ਮੱਝ ਕੈਮਰੇ ਦੀ ਨਜ਼ਰ ਏ ਮੇਰਾ ਕੈਮਰਾਮੈਨ ਤਸਲੀਆਂ ਕਰਵਾ ਰਿਹਾ ਦੋਸਤੋ ਵੀਡੀਓ ਅੱਛੀ ਲੱਗੇ ਵੀਡੀਓ ਨੂੰ ਲਾਈਕ ਤੇ ਸ਼ੇਅਰ ਜ਼ਰੂਰ ਕਰਿਆ ਕਰੋ ਕਿਉਂਕਿ ਆਪਣੇ ਵੀਰਾਂ ਦੀ ਮਿਹਨਤ ਕਰੀਦੀ ਹੈ ਸਫਰ ਕਰੀਦਾ ਹੈ ਸਫਰ ਕਰਕੇ ਜਨਾਬ ਜਿਹੜਾ ਜਾਨਵਰ ਆਪਣੇ ਦਿਲ ਨੂੰ ਚੰਗਾ ਲੱਗਦਾ ਉਸ ਜਾਨਵਰ ਦੀ ਵੀਡੀਓ ਲਾਈਦੀ ਹੈ 355000 ਰੁਪਿਆ ਡਿਮਾਂਡ 3.5 ਲੱਖ ਫਾਈਨਲ ਅਗਰ ਕਿਸੇ ਦੋਸਤ ਕਿਸੇ ਵੀਰ ਨੇ ਇਹ ਮੱਝ ਖਰੀਦਣੀ ਹੈ ਸਾਡਾ ਰਫਰ ਨੰਬਰ 03116515132 03116515132 اس نمبر تے ہی واٹس ایپ بنی ہے دوستو اگر ਤੁਹਾਨੂੰ ਸਾਡੀ ਅੱਜ ਵਾਲੀ ਵੀਡੀਓ ਪਸੰਦ ਆਏ ਵੀਡੀਓ ਨੂੰ ਲਾਈਕ ਤੇ ਸ਼ੇਅਰ ਜ਼ਰੂਰ ਕਰਨਾ ਹੈ ਜ਼ਿੰਦਗੀ ਰਹੀ ਤੇ ਮਿਲਾਂਗੇ ਇੱਕ ਨਵੀਂ ਵੀਡੀਓ ਦੇ ਨਾਲ ਆਪਣੇ ਮੇਜ਼ਬਾਨ فیصل ਜੁਇੰਦੋ اجازت اللہ حافظ